6 ਵਿਧਾਇਕਾਂ ਦੀ ਨਿਯੁਕਤੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿ ਖਜ਼ਾਨਾ ਖਾਲੀ ਹੈ, ਖਜ਼ਾਨੇ ਦੇ ਉੱਤੇ ਫਾਲਤੂ ਬੋਝ ਪਾਇਆ ਜਾ ਰਿਹਾ ਹੈ। ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਇੱਥੇ ਮੌਜੂਦ ਨੇ। ਮੰਤਰੀ ਸਾਹਿਬ, ਜਵਾਬ ਇਹੀ ਜਾਣਨਾ ਚਾਹੁੰਦੇ ਕਿਉਂਕਿ ਬੋਝ ਜਿਹੜਾ ਹੈਗਾ ਕਿਹਾ ਖਾਲੀ ਹੈਗਾ ਤੇ ਉਸ ਉੱਤੇ ਬੋਝ ਪਾਇਆ ਜਾ ਰਿਹਾ ਹੈ। ਮੰਤਰੀ ਸਾਹਿਬ, ਜਵਾਬ ਚਾਹੀਦਾ ਕਿਉਂਕਿ ਅਕਸਰ ਤੋਂ ਜਵਾਬ ਜਿਹੜਾ ਹੈਗਾ ਉਸ ਨਹੀਂ ਮਿਲ ਪਾਉਂਦਾ ਹੈਗਾ। ਕੋਈ ਜਵਾਬ ਹੈਗਾ ਇਸ ਉੱਤੇ ਕਿਉਂਕਿ ਖਜ਼ਾਨਾ ਖਾਲੀ ਹੈਗਾ? ਮੰਤਰੀ ਸਾਹਿਬ, ਖਜ਼ਾਨਾ ਖਾਲੀ ਹੈਗਾ ਇਸ ਦੇ ਉੱਤੇ ਫਾਲਤੂ ਦਾ ਕਹਿ ਰਹੇ ਬੋਝ ਪਾਇਆ ਜਾ ਰਿਹਾ ਹੈ। ਮੰਤਰੀ ਸਾਹਿਬ, ਇਹਦੇ ਉੱਤੇ ਜਵਾਬ ਚਾਹੀਦਾ ਜੀ। ਕਹਿ ਰਹੇ ਨੇ ਖਜ਼ਾਨਾ ਪਹਿਲਾਂ ਤੋਂ ਹੀ ਖਾਲੀ ਹੈ, ਨਿਯੁਕਤੀਆਂ ਕੀਤੀਆਂ ਗਈਆਂ ਨੇ, ਪੰਜਾਬ ਆਰਥਿਕ ਤੰਗੀ ਦੇ ਵਿੱਚ ਹੈਗਾ, ਇਸ ਦੇ ਉੱਤੇ ਕੁਝ ਕਹਿਣਾ ਚਾਹੋਗੇ? ਮੰਤਰੀ ਸਾਹਿਬ, ਕੋਈ ਜਵਾਬ ਇਸ ਦੇ ਉੱਤੇ ਕਿਉਂਕਿ ਖਜ਼ਾਨਾ ਖਾਲੀ ਹੈਗਾ, ਆਰਥਿਕ ਤੰਗੀ ਦੇ ਵਿੱਚ ਪੰਜਾਬ ਹੈ, ਕਿਸਾਨ ਦੇ ਕਰਜ਼ੇ ਮਾਫੀ ਦੀ ਗੱਲ ਸਰਕਾਰ ਕਰਦੀ ਹੈ ਪਰ ਉਹ ਕਹਿੰਦੇ ਪੂਰਾ ਨਹੀਂ ਹੋ ਰਿਹਾ, ਰੋਜ਼ਗਾਰ ਦੀ ਗੱਲ ਕਰੀਏ, ਹਰ ਚੀਜ਼ ਦੇ ਉੱਤੇ ਸਰਕਾਰ ਕਿਹੜੀ ਭੱਜ ਰਹੀ ਹੈ, ਕੀ ਖਜ਼ਾਨੇ ਦਾ ਹਾਲ ਕੀ ਹੈਗਾ? ਮੰਤਰੀ ਸਾਹਿਬ, ਮੰਤਰੀ ਸਾਹਿਬ ਜਵਾਬ ਇਸ ਦੇ ਉੱਤੇ ਜਾਣਨਾ ਚਾਹਾਂਗੇ ਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਖਜ਼ਾਨਾ ਖਾਲੀ ਹੈਗਾ। ਤਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਬਿਨਾਂ ਕਿਸੇ ਜਵਾਬਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਜਿਹੜੇ ਹੈ ਉਹ ਇੱਥੋਂ ਦੀ ਜਾਂਦੇ ਹੋਏ ਨਜ਼ਰ ਆ ਰਹੇ ਨੇ। ਮੰਤਰੀ ਸਾਹਿਬ, ਕੋਈ ਜਵਾਬ ਤਾਂ ਦੇ ਕੇ ਜਾਓ, ਕੋਈ ਰਿਐਕਸ਼ਨ ਇਸ ਉੱਤੇ ਕੀ ਕਹਿਣਾ ਚਾਹੋਗੇ ਕਿਉਂਕਿ ਖਜ਼ਾਨਾ ਖਾਲੀ ਹੈਗਾ, ਲਗਾਤਾਰ ਤੁਹਾਡੇ ਤੋਂ ਸਵਾਲ ਪੁੱਛਦੇ ਹੈਗੇ ਆ। ਤਾਂ ਇਹ ਰਵੱਈਆ ਜਿਹੜਾ ਹੈਗਾ ਪੰਜਾਬ ਦੇ ਕੈਬਨਿਟ ਮਿਨਿਸਟਰ ਦਾ, ਮਨਪ੍ਰੀਤ ਸਿੰਘ ਬਾਦਲ, ਜਿਹੜੇ ਕਿ ਹੁਣ ਦਰਵਾਜ਼ੇ ਵੀ ਜਿਹੜੇ ਹੈਗੇ ਆ ਉਹ ਧੱਕੇ ਨਾਲ ਬੰਦ ਕਰ ਰਹੇ ਨੇ, ਸਵਾਲਾਂ ਤੋਂ ਭੱਜ ਰਹੇ ਨੇ। ਅਕਸਰ ਇਹਨਾਂ ਦੇ ਵੱਲੋਂ ਇਹੋ ਜਿਹਾ ਹੀ ਰਵੱਈਆ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਦਾ ਹੈਗਾ। ਸਵਾਲ ਪੁੱਛਿਆ ਜਾਂਦਾ ਤਾਂ ਇਹ ਭੱਜਦੇ ਨੇ, ਕੋਈ ਜਵਾਬ ਦਾ ਇਹਨਾਂ ਦੇ ਵੱਲੋਂ ਨਹੀਂ ਦਿੱਤਾ ਜਾਂਦਾ, ਕੋਈ ਸਵਾਲ ਪੁੱਛੋ ਇਹਨਾਂ ਦੇ ਵੱਲੋਂ ਨਹੀਂ ਜਵਾਬ ਦਿੱਤਾ ਜਾਂਦਾ। ਇਹ ਨੇ ਪੰਜਾਬ ਦੇ ਵਿੱਤ ਮੰਤਰੀ ਜਿਹੜੇ ਕਿ ਹਰ ਸਵਾਲ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਨੇ। ਕੈਮਰਾਮੈਨ ਸਮੀਤ ਨਾਲ ਗਗਨਦੀਪ ਸਿੰਘ, ਨਿਊਜ਼ ਪੰਜਾਬ, ਚੰਡੀਗੜ੍ਹ।